ਸਾਲ ਦਾ ਸ਼ਖਸ ਮੌਕੇ ਤੇ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਬੇਹੱਦ ਦਰਦਨਾਕ ਘਟਨਾ ਵਾਪਰੀ ਹੈ। ਤੁਹਾਨੂੰ ਦੱਸਾਂਗੇ ਕਿ ਸੜਕ ਵਿਚਾਲੇ ਇਸ ਦੀ ਲਾਸ਼ ਪਈ ਮਿਲੀ ਤੇ ਦੱਸਾਂਗੇ ਕਿਸ ਤਰੀਕੇ ਦੇ ਨਾਲ ਪੂਰਾ ਹਾਦਸਾ ਵਾਪਰਿਆ। ਬੇਹੱਦ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਟੱਕਰ ਹੋਈ ਹੈ ਸੜਕ ਹਾਦਸੇ ਦੇ ਵਿੱਚ, ਜਿਹੜੀ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। 30 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ। ਜਦੋਂ ਪਰਿਵਾਰ ਨੂੰ ਪਤਾ ਲੱਗਦਾ ਤਾਂ ਪਰਿਵਾਰ ਦੇ ਵਿੱਚ ਮਾਹੌਲ ਜਿਹੜਾ ਪੂਰਾ ਸਹਿਮ ਜਾਂਦਾ। ਉੱਥੇ ਹੀ ਜਿਹੜੇ ਲੋਕ ਨੇ ਉਸ ਪਰਿਵਾਰ ਦੇ ਉਸਾਰੇ ਇਸ ਵੇਲੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਦੋਂ ਪਤਾ ਲੱਗਦਾ ਹੈ ਕਿ ਸੜਕ ਦੇ ਉੱਪਰ ਉਸਦੀ ਲਾਸ਼ ਪਈ ਮਿਲਦੀ ਹੈ, ਦੇਰ ਸ਼ਾਮ ਐਕਟਿਵਾ ਜਿਹੜੀ ਉਸਦੀ ਹੁੰਦੀ ਹੈ ਉਹ ਸੜਕ ਦੇ ਉੱਤੇ ਖੜ੍ਹੇ ਇੱਕ ਟਰੱਕ ਦੇ ਨਾਲ ਟਕਰਾ ਜਾਂਦੀ ਹੈ। ਟਰੱਕ ਇੰਨੀ ਜ਼ਬਰਦਸਤ ਜਿਹੜੀ ਟੱਕਰ ਹੋਈ ਹੈ ਟਰੱਕ ਦੇ ਨਾਲ ਐਕਟਿਵਾ ਦੀ ਕਿ ਉੱਥੇ ਹੀ ਮੌਕੇ 'ਤੇ ਐਕਟਿਵਾ ਸਵਾਰ ਦੀ ਮੌਤ ਹੋ ਜਾਂਦੀ ਹੈ। ਸੂਚਨਾ ਮਿਲਦੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਐਕਟਿਵਾ ਸਵਾਰ ਗੰਭੀਰ ਜ਼ਖਮੀ ਇਸ ਸ਼ਖਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸਦੀ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦਾ ਰੋ ਰੋ ਕੇ ਇਸ ਵੇਲੇ ਉਹਨਾਂ ਨੇ ਆਪਣਾ ਬੁਰਾ ਹਾਲ ਕੀਤਾ ਹੈ। ASI ਅਮਰਜੀਤ ਸਿੰਘ ਨੇ ਦੱਸਿਆ, ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਏ ਸੀ ਅਸੀਂ ਅਤੇ ਐਕਟਿਵਾ ਸਵਾਰ ਜਿਸਦੀ ਪਛਾਣ ਗੁਰਜੀਤ ਸਿੰਘ ਵਜੋਂ ਹੋਈ ਹੈ। ਤਸਵੀਰ ਇਹ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੋਵੇਗੀ ਸਕਰੀਨ 'ਤੇ। ਕਰੀਬ 30 ਸਾਲ ਦਾ ਸੀਗਾ ਇਹ, ਪਿੰਡ ਮਾਣੂਕੇ ਦਾ ਰਹਿਣ ਵਾਲਾ ਸੀ, ਜਿਸ ਨੂੰ ਲੈ ਕੇ ਉਹ ਜਾ ਰਿਹਾ ਸੀ, ਆਪਣੀ ਐਕਟਿਵਾ ਦੇ ਉੱਪਰ ਜਾ ਰਿਹਾ ਸੀ। ਰਸਤੇ ਦੇ ਵਿੱਚ ਪੰਕਚਰ ਟਰੱਕ ਖੜਾ ਹੁੰਦਾ ਤੇ ਗੁਰਜੀਤ ਦੀ ਐਕਟਿਵਾ ਜਿਹੜੀ ਉਸ ਟਰੱਕ ਦੇ ਨਾਲ ਟਕਰਾ ਜਾਂਦੀ ਹੈ। ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਟੱਕਰ ਖਾ ਕੇ ਉਹ ਗਿਰਦਾ ਤੇ ਉੱਥੇ ਹੀ ਮੌਕੇ ਤੇ ਉਸਦੀ ਮੌਤ ਹੋ ਜਾਂਦੀ ਹੈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੁੰਦਾ। ਉਸਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਤੇ ਡਾਕਟਰ ਨੇ ਉਸਨੂੰ ਉੱਥੇ ਹੀ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਤੇ ਘਰ ਦੇ ਜਿਹੜੇ ਮੈਂਬਰ ਨੇ, ਘਰ ਤੱਕ ਜਦੋਂ ਇਹ ਖਬਰ ਪਹੁੰਚਦੀ ਹੈ ਕਿ ਉਹਨਾਂ ਦੇ ਘਰ ਦਾ ਜੀ ਜਿਹੜਾ ਸੀਗਾ ਉਹ ਹੁਣ ਵਾਪਸ ਮੁੜ ਘਰ ਨਹੀਂ ਆਵੇਗਾ, ਕਿਉਂਕਿ ਸੜਕ ਹਾਦਸਾ ਇੰਨਾ ਕੁ ਮਾੜਾ ਹੋਇਆ, ਇੰਨਾ ਕੁ ਜ਼ਬਰਦਸਤ ਟੱਕਰ ਦੇ ਨਾਲ ਇੰਨੀ ਗੰਭੀਰ ਸੱਟਾਂ ਉਸਦੇ ਲੱਗੀਆਂ ਕਿ ਤਸਵੀਰਾਂ ਤੁਹਾਨੂੰ ਉੱਥੇ ਦਿਖਾ ਵੀ ਨਹੀਂ ਸਕਦੇ ਮੌਕੇ ਦੀਆਂ, ਕਿ ਇੰਨੀ ਸੈਂਸਿਟਿਵ ਉਹ ਤਸਵੀਰ ਹੈਗੀ ਹੈ ਕਿ ਸੜਕ ਦੇ ਉੱਪਰ ਕਿਸ ਤਰੀਕੇ ਦੇ ਨਾਲ ਉਸਦੀ ਲਾਸ਼ ਪਈ ਮਿਲਦੀ ਹੈ ਅਤੇ ਉੱਥੇ ਹੀ ਹਸਪਤਾਲ ਲੈ ਕੇ ਜਾਇਆ ਜਾਂਦਾ ਅਤੇ ਮ੍ਰਿਤਕ ਐਲਾਨਿਆ ਜਾਂਦਾ, ਘਰਦਿਆਂ ਨੂੰ ਸੂਚਿਤ ਕੀਤਾ ਜਾਂਦਾ ਅਤੇ ਘਰਦਿਆਂ ਦਾ ਇਸ ਵੇਲੇ ਸੋਚੋ ਕੀ ਹਾਲ ਹੋ ਰਿਹਾ ਹੋਵੇਗਾ। ਵਾਹਿਗੁਰੂ ਜੀ ਤੋਂ ਜ਼ਰੂਰ ਅਰਦਾਸ ਕਰਨਾ ਕਿ ਪਰਿਵਾਰ ਨੂੰ ਉਹ ਥੋੜ੍ਹੀ ਹਿੰਮਤ ਬਖਸ਼ਣ। ਸਾਡੇ ਕੋਲ ਇੱਕ ਆਇਆ ਪੇਸ਼ੈਂਟ, ਬਰੋਡ ਡੈਡੀ ਆਇਆ, ਗੁਰਜੀਤ ਸਿੰਘ ਨਾਮ ਸੀ ਪੇਸ਼ੈਂਟ ਦਾ ਅਤੇ ਮਾਣੂਕੋ ਗਿੱਲ ਦੇ ਪੇਸ਼ੈਂਟ ਸੀਗਾ ਜੀ। 25 ਸਾਲ ਦੀ ਉਮਰ ਹੈ ਉਹਦੀ। ਐਕਸੀਡੈਂਟ ਦੱਸਿਆ ਕਿ ਟਰੱਕ ਖੜਾ ਸੀਗਾ, ਤੁਹਾਡੇ ਨਾਲ ਭਰਿਆ ਹੋਇਆ, ਔਨ ਰੋਡ ਹੀ ਖੜਾ ਸੀਗਾ ਅਤੇ ਵਿੱਚ ਜਾ ਕੇ ਐਕਟੀਵਾ ਇਹਨਾਂ ਦੀ ਗੁੱਜੀ ਸੀ। ਬਰੋਡ ਡੈਡੀ ਆਇਆ ਹੁਣ, ਅਸੀਂ ਬਸ ਉਹਦੀ ਐਂਟਰੀ ਕਰਕੇ ਡਿਕਲੇਅਰ ਕਰਕੇ ਹੋਸਟਲ 'ਚ ਸ਼ਿਫਟ ਕਰਾਤਾ, ਬਾਕੀ ਕਾਰਵਾਈ ਪੁਲਿਸ ਆਣ ਤੋਂ। ਇੱਕ ਐਕਸੀਡੈਂਟ ਹੋਇਆ ਜੀ, ਕੌਣ ਸੀ ਬੰਦਾ, ਕਿੱਥੋਂ ਦਾ ਰਹਿਣ ਵਾਲਾ ਸੀਗਾ ਜੀ? ਗੁਰਜੀਤ ਸਿੰਘ ਸਾਹਿਬ, ਜਸਵਿੰਦਰ ਸਿੰਘ। ਕਿਹੜੇ ਪਿੰਡ ਦਾ ਰਹਿਣ ਵਾਲਾ ਜੀ? ਮਾਣੂਕੇ ਗੱਲ। ਕਿੰਨੀ ਕੁ ਉਮਰ ਹੈ ਜੀ ਉਹਦੀ? 30 ਸਾਲ। ਐਕਸੀਡੈਂਟ ਕਿਵੇਂ ਹੋਇਆ ਜੀ ਉਹਦਾ? ਉਹਦਾ ਟਰੱਕ ਖੜਾ ਸੀ, ਪੈਂਚਰ ਹੋਇਆ ਇੱਥੇ, ਉਹਦੇ ਵਿੱਚ ਮਗਰ ਵਿਆਹ ਕੇ ਮਾਰਿਆ। ਤੁਸੀਂ ਮੌਕੇ 'ਤੇ ਪਹੁੰਚੇ, ਕਿੱਦਾਂ ਦੀ ਹਾਲਤ ਸੀ ਉਹਦੀ? ਸਾਨੂੰ ਜੀ ਸਰਪੰਚ ਨੇ ਫੋਨ ਕੀਤਾ ਤਾਂ ਜੀ ਮੌਕੇ 'ਤੇ ਪਹੁੰਚ ਗਏ। ਅਤੇ ਪੇਸ਼ੈਂਟ ਨੂੰ ਮੋਗੇ ਕਿਵੇਂ ਭੇਜਿਆ ਜੀ ਤੁਸੀਂ? ਮੋਗੇ 108 ਨੂੰ ਲਾ ਲਏ ਸੀ। ਅਤੇ ਉਹਦੀ ਹਾਲਤ ਤੁਹਾਨੂੰ ਕਿਵੇਂ ਹੈ ਜੀ? ਡੈਡੀ ਸੀ।